ਮਹਿੰਦਰ ਸਿੰਘ ਬੇਦੀ ਜੱਤੋਂ ਦੁਆਰਾ ਸਮਕਾਲੀ ਹਿੰਦੀ ਕਹਾਣੀਆਂ ਅਨੁਵਾਦਿਤ ਹਨ ਕਟ ਟੂ ਦਿੱਲੀ ਤੇ ਹੋਰ ਕਹਾਣੀਆਂ ਕਲੀ ਕਹਾਣੀ ਵਨ ਸ਼ਾਵਲੀਆਂ ਦੇ ਸ਼ਿਲਾਲੇਖ ਅ ਕਨਟਰਡਿਕਸ਼ਨ ਵਿਮਲ ਚੰਦਰ ਪਾਂਡੇ ਦੀ ਕਹਾਣੀ ਹੈ ਉਸ ਕੰਪਨੀ ਦੇ ਮੈਨੇਜਰ ਨੂੰ ਆਨੰਦ ਨੇ ਪੂਰੀ ਤਰ੍ਹਾਂ ਸ਼ੀਸ਼ੇ 'ਚ ਉਤਾਰ ਲਿਆ ਸੀ ਯਾਨੀ ਪਸਮਾ ਲਿਆ ਸੀ ਡੀਲ ਹੋਣ ਵਾਲੀ ਸੀ ਮੈਨੇਜਰ ਨੇ ਚਾਹ ਮੰਗਵਾਈ ਦੋਵੇਂ ਹੁਣ ਬਿਜ਼ਨਸ ਤੋਂ ਹਟ ਕੇ ਵਿਅਕਤੀਗਤ ਗੱਲਾਂ ਕਰਨ ਲੱਗ ਪਏ ਸਨ ਮੈਨੇਜਰ ਸ਼ਾਇਦ ਫਿਲਮਾਂ ਦਾ ਸ਼ੌਕੀਨ ਸੀ ਸਾਡੀ ਜਦੋਂ ਦੀ ਪਹਿਲੀ ਮੁਲਾਕਾਤ ਹੋਈ ਉਦੋਂ ਦਾ ਮੈਂ ਤੁਹਾਨੂੰ ਕਹਿਣਾ ਚਾਹਨਾ ਵਾਂ ਕਿ ਤੁਹਾਡੀ ਸ਼ਕਲ ਸ਼ਾਹਿਦ ਕਪੂਰ ਨਾਲ ਬੜੀ ਮਿਲਦੀ ਹੈ ਕਿਸ ਨਾਲ ਅਨੰਦ ਨੇ ਇਹ ਨਾਂ ਸੁਣਿਆ ਤਾਂ ਜ਼ਰੂਰ ਸੀ ਪਰ ਕਿੱਥੇ ਤੇ ਕਦੋਂ ਨੂੰ ਯਾਦ ਨਹੀਂ ਸੀ ਆ ਰਿਹਾ ਸ਼ਾਹਿਦ ਕਪੂਰ ਤੁਸੀਂ ਸ਼ਾਇਦ ਫਿਲਮਾਂ ਨਹੀਂ ਦੇਖਦੇ ਇਕ ਨਵਾਂ ਹੀਰੋ ਆਇਆ ਹੈ ਗੋਰਾ ਚਿੱਟਾ ਬੜਾ ਹੈਂਸਮ ਗਜ਼ਬ ਦਾ ਸਮਾਰਟ ਬਿਲਕੁਲ ਤੁਹਾਡੇ ਵਰਗਾ ਦਿਖਦਾ ਹੈ ਮੈਨੇਜਰ ਅੱਖਾਂ ਵਿੱਚ ਪ੍ਰਸ਼ੰਸਾ ਦੇ ਭਾਵ ਭਰ ਕੇ ਮੁਸਕਰਾਇਆ ਆਨੰਦ ਨਰਵਸ ਨਜ਼ਰ ਆਉਣ ਲੱਗ ਪਿਆ ਹੱਥ ਅਚਨ ਫੜਿਆ ਚਾਹ ਦਾ ਕੱਪ ਇੱਕ ਪਲ ਲਈ ਛਲ ਗਿਆ ਪਰ ਆਨੰਦ ਨੇ ਆਪਣੇ ਆਪ ਉੱਤੇ ਕਾਬੂ ਪਾ ਲਿਆ ਉਹਨੇ ਥੁੱਕ ਨਿਗਲਿਆ ਤੇ ਖੁਦ ਨੂੰ ਮਜ਼ਬੂਤ ਕਰ ਲਿਆ ਸਾਰੀ ਆਈ ਡੋਟ ਲਾਈਕ ਮੂਵੀਜ਼ ਉਹਨੇ ਖੁਸ਼ਕ ਗਲੇ ਨਾਲ ਕਿਹਾ ਦੈਟਸ ਵਾਈ ਯੂ ਡੋਨਟ نو ਮੈਨੇਜਰ ਮੁਸਕਰਾਇਆ ਯੂ ਸੀਮ ਐਬਸੋਲੂਟਲੀ ਲਾਈਕ ਹਿਮ ਮੇਰੇ ਖਿਆਲ ਅਨੁਸਾਰ ਆਨੰਦ ਨੂੰ ਹੁਣ ਮੁਠੀਆਂ ਵੱਟ ਕੇ ਖੜਾ ਹੋ ਜਾਣਾ ਚਾਹੀਦਾ ਸੀ ਤੇ ਚੀਕਣਾ ਚਾਹੀਦਾ ਸੀ ਜਸਟ ਸ਼ਟ ਅਪ ਯਰ ਡਰਟੀ ਮਾਊਥ ਪਰ ਅਜੇ ਆ ਕੁਝ ਨਹੀਂ ਸੀ ਹੋਇਆ ਆਨੰਦ ਸ਼ੁਰੂਆਤੀ ਤਣਾਅ ਤੋਂ ਮੁਕਤ ਹੋ ਕੇ ਆਰਾਮ ਨਾਲ ਚਾਹ ਖਤਮ ਕਰਕੇ ਉੱਠਿਆ ਤੇ ਮੈਨੇਜਰ ਨੂੰ ਕਿਹਾ ਐਨੀਵੇ ਥੈਂਕਸ ਫਾਰ ਦਾ ਕੰਪਲੀਮੈਂਟ ਡੀਲ ਉਸੇ ਸ਼ਾਮ ਫਾਈਨ ਫਾਈਲ ਹੋ ਗਈ ਮੇਰਾ ਅੰਦਾਜ਼ਾ ਸੀ ਕਿ ਡੀਲ ਸਿਰੇ ਨਹੀਂ ਚੜ ਸਕੇਗੀ ਕਿਉਂਕਿ ਐਸੀ ਘਟਨਾ ਹੋ ਗਈ ਸੀ ਮੈਂ ਅਕਸਰ ਭਟਕ ਜਾਂਦਾ ਹਾਂ ਮੈਂ ਯਾਨੀ ਨਿਲੈ ਕਿਨਸ਼ੁਕ ਆਨੰਦ ਨਾਂ ਦੇ ਉਸ ਸ਼ਖਸ ਨੂੰ ਪਿਛਲੇ 17 ਸਾਲਾਂ ਦਾ ਜਾਣਦਾ ਯਾਨੀ ਜਦੋਂ ਦਾ ਖੁਦ ਨੂੰ ਜਾਣਦਾ ਜਿਸ ਤਰ੍ਹਾਂ ਸਾਰਿਆਂ ਨੂੰ ਕਦੀ ਕਦੀ ਲੱਗਣ ਲੱਗ ਪੈਂਦਾ ਹੈ ਕਿ ਉਹ ਖੁਦ ਨੂੰ ਕਿੰਨਾ ਘੱਟ ਜਾਣਦਾ ਆਨੰਦ ਦੀਆਂ ਕੁਝ ਹਰਕਤਾਂ ਮੇਰੇ 17 ਸਾਲ ਪੁਰਾਣੇ ਤਜਰਬੇ ਨੂੰ ਦਰ किनार ਕਰਕੇ ਮੈਨੂੰ ਹੈਰਾਨ ਪਰੇਸ਼ਾਨ ਕਰਦੀਆਂ ਨੇ ਫਿਰ ਵੀ ਪਿੱਛੋਂ ਮੈਨੂੰ ਇਹ ਜ਼ਰੂਰ ਲੱਗਦਾ ਹੈ ਕਿ ਆਨੰਦ ਨੂੰ ਜਿੰਨਾ ਮੈਂ ਜਾਣਦਾ ਬੜਾ ਸਹੀ ਹੈ ਪਰ ਉਸ ਬਾਰੇ ਥੋੜਾ ਹੋਰ ਜਾਣਨਾ ਬਾਕੀ ਰਹਿ ਗਿਆ ਮੈਂ ਤਾਂ ਇਹ ਵੀ ਜਾਣਦਾ ਹਾਂ ਕਿ ਭਾਵੇਂ ਦੁਨੀਆ ਹੈ ਪਰ ਫਿਰ ਵੀ ਬੜਾ ਕੁਝ ਹੈ ਜੋ ਇੱਥੇ ਸੰਭਵ ਨਹੀਂ ਲਲਿਤੇ ਕਦੀ ਨਹੀਂ ਮੰਨਦਾ ਸੀ ਕਿਉਂਕਿ ਇਹ ਕਹਾਣੀ ਮੇਰੇ ਤੇ ਲਲਿਤ ਨਾਲ ਸੰਬੰਧਿਤ ਨਹੀਂ ਆਨੰਦ ਬਾਰੇ ਹੈ ਸੋ ਮੈਂ ਆਪਣੇ ਬਾਰੇ ਬੋਲਣ ਦੇ ਲਾਲਚ ਉਤੇ ਕਾਬੂ ਰੱਖਾਂਗਾ ਆਨੰਦ ਸ਼ੁਰੂ ਤੋਂ ਹੁਸ਼ਿਆਰ ਸੀ ਉਹ ਕੁਝ ਸ਼ੁਰੂ ਕਰਦਾ ਤੇ ਅਸੀਂ ਉਹਦੇ ਮਗਰ ਲੱਗ ਤੁਰਦੇ ਸੀ ਉਹ ਜਿਹੜੀ ਵੀ ਨਵੀਂ ਸ਼ੁਰੂਆਤ ਕਰਦਾ ਉਹ ਸ਼ੁਰੂ ਵਿੱਚ ਸਾਨੂੰ ਭਾਵੇਂ ਕਿ ਉਹ ਜੀ ਲੱਗਦੀ ਬਾਅਦ ਵਿੱਚ ਅਸੀਂ ਉਹਦੇ ਪ੍ਰਸ਼ੰਸਕ ਹੀ ਹੁੰਦੇ ਹੁਣ ਮੈਨੂੰ ਲੱਗਦਾ ਹੈ ਕਿ ਜੇ ਉਨੇ ਉਨੀ ਦਿਨੀ ਜਦੋਂ ਅਸੀਂ 10ਵੀਂ 11ਵੀਂ ਚ ਪੜਦੇ ਸੀ ਡਕੈਤੀ ਸ਼ੁਰੂ ਕਰ ਦਿੱਤੀ ਹੁੰਦੀ ਤਾਂ ਲਾਜ਼ਮੀ ਆ ਬਾਅਦ ਚ ਅਸੀਂ ਸਫਲ ਚੋਰ ਬਣ ਗਏ ਹੁੰਦੇ। ਉਹਨੇ ਨਾਟਕਾਂ 'ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਸ਼ੁਰੂ-ਸ਼ੁਰੂ ਚ ਮੈਂ ਤੇ ਲਾਲਿਤ ਨੇ ਵੀ ਹਿੱਸਾ ਲਿਆ ਪਰ ਬਾਅਦ ਚ ਅਸੀਂ ਇਸ ਨਾਲ ਜੁੜੇ ਦੂਜੇ ਕੰਮ ਕਰਨ ਲੱਗ ਪਏ। ਮੈਂ ਕਈ ਕਹਾਣੀਆਂ ਤੇ ਨਾਵਲਾਂ ਦਾ ਨਾਟਕੀ ਰੂਪਾਂਤਰਣ ਕੀਤਾ ਤੇ ਬਾਅਦ ਚ ਵਾਕਾਇਦਾ ਕਹਾਣੀਆਂ ਲਿਖਣ ਲੱਗ ਪਿਆ। ਲਲਿਤ ਆਨੰਦ ਦੇ ਨਾਟਕਾਂ ਦਾ ਪ੍ਰਚਾਰ ਕਰਦਾ ਕਰਦਾ ਵਿਦਿਆਰਥੀ ਯੂਨੀਅਨ ਦਾ ਪ੍ਰਚਾਰ ਕਰਨ ਲੱਗਾ ਬਲਕਿ ਕੁਝ ਸਮੇਂ ਬਾਅਦ ਪ੍ਰਧਾਨਗੀ ਦੇ ਅਹੁਦੇ ਲਈ ਵੀ ਖੜਾ ਹੋ ਗਿਆ ਜ਼ਿੰਦਗੀ ਆਪਣੀ ਧੁਰੀਦਵਾਲੇ ਘੁੰਦੀ ਰਹੀ ਮੇਰੀਆਂ ਕਹਾਣੀਆਂ ਦੇਸ਼ ਦੇ ਮੁੱਖ ਸਾਹਿਤਿਕ ਪਰਚਿਆਂ 'ਚ ਛਪ ਚੁੱਕੀਆਂ ਸੀ ਆਨੰਦ ਨੇ ਆਪਣੀ ਅਦਾਕਾਰੀ ਕਰਕੇ ਪ੍ਰਦੇਸ਼ ਸਤਰ ਉਤੇ ਨਾਂ ਕਮਾ ਲਿਆ ਸੀ ਲਲਿਤ ਇੱਕ ਰਾਸ਼ਟਰੀ ਰਾਜਨੀਤਿਕ ਪਾਰਟੀ ਦਾ ਸਰਗਰਮ ਵਰਕਰ ਬਣ ਗਿਆ ਸੀ ਦੀਦੀ ਸਰਕਾਰ ਕਈ ਸੂਬਿਆਂ 'ਚ ਸੀ ਤੇ ਆਨੰਦ ਨੂੰ ਇਸ ਮਗਾਲਤੇ ਨੇ ਉਹਨੇ ਦਿਨ ਹੀ ਆਪਣੇ ਘੇਰੇ 'ਚ ਲੈ ਲਿਆ ਸੀ। ਉਹਨੇ ਦਿਨ ਹੀ ਸੁੱਤਿਆਂ ਜਾਗਦਿਆਂ ਸੁਪਨੇ ਵੇਖਦਾ ਹੁੰਦਾ ਸੀ। ਕੁਝ ਉਮਰ, ਕੁਝ ਲੋਕਾਂ ਦਾ ਬਹਿਕਾਵਾ, ਕੁਝ ਬਚਪਨ 'ਚ ਵੇਖੀਆਂ ਫਿਲਮਾਂ ਦੀ ਸਾਡੇ ਖੂਨ 'ਚ ਮਿਲਾਵਟ, ਕੁਝ ਸਾਡੀ ਸਫਲਤਾ, ਸਭ ਨੇ ਮਿਲ ਕੇ ਅਜਈ ਜ਼ਮੀਨ ਬਣਾਈ ਕਿ ਸਾਡੇ ਸੁਪਨਿਆਂ ਦਾ ਹਵਾਈ ਜਹਾਜ਼ ਥੋੜੀ ਦੇਰ ਤੱਕ ਉਸ ਉੱਤੇ ਦੌੜਨ ਪਿੱਛੋਂ ਮੁੰਬਈ ਲਈ ਟੇਕ-ਆਫ ਕਰ ਗਿਆ। आनंद ਨੇ ਸਰਬ ਸ੍ਰੇਸ਼ਟ ਅਭਿਨੇਤਾ ਦੇ ਤੌਰ ਤੇ ਜਿੱਤੇ ਹੋਏ ਇਨਾਮ ਤੇ ਮ ਉੱਬਰ ਦੇ ਕਹਾਣੀਕਾਰ ਨੌਜਵਾਨ ਲੇਖਕ ਦੇ ਨਾਂ ਨਾਲ ਮਿਲੇ ਅਨੇਕਾਂ ਪੁਰਸਕਾਰ ਦੇ ਹੋਰ ਨਿੱਕਰ ਸੁਖੜ ਸਮੇਟ ਕੇ ਮੁੰਬਈ ਦੀ ਕਰੜੀ ਜ਼ਮੀਨ ਤੇ ਪੈਰ ਰੱਖਿਆ ਆਨੰਦ ਦੀ ਪਰਸਨੈਲਿਟੀ ਦੇ ਹਿਸਾਬ ਨਾਲ ਰੋਲ ਮੈਂ ਹੀ ਲਿਖ ਸਕਦਾ ਇਹ ਉਹ ਅਕਸਰ ਕਹਿੰਦਾ ਹੁੰਦਾ ਸੀ ਇਹ ਕਹਾਣੀ ਆਨੰਦ ਦੀ ਨਾ ਹੁੰਦੀ ਤਾਂ ਮੈਂ ਇਹਨੂੰ ਕਦੀ ਨਾ ਲਿਖਦਾ ਕਿਉਂਕਿ ਮੈਂ ਜਾਣਦਾ ਇਸ ਕਹਾਣੀ 'ਚ ਲਿਖਿਆ ਜਾਣ ਵਾਲਾ ਕੁਝ ਵੀ ਨਹੀਂ ਹੈ ਹਰ ਖੇਤਰ ਚੋਂ ਬਹੁਤ ਸਾਰੇ ਲੋਕ ਅਸਫਲ ਹੋ ਕੇ ਵਾਪਸ ਪਰਤ ਆਉਂਦੇ ਨੇ ਤੇ ਕੋਈ ਕੰਮ ਧੰਦਾ ਲੱਭ ਕੇ ਜ਼ਿੰਦਗੀ ਗੁਜ਼ਾਰ ਲੈਂਦੇ ਨੇ ਇਸ ਚ ਨਿਹਾਇ ਤੌਬਾ ਕਰਨ ਤੇ ਮਨਹੂਸੀਅਤ ਦਿਖਾਉਣ ਦੀ ਕੀ ਲੋੜ ਹੈ ਸਾਹਿਤ ਵਿੱਚ ਉਹ ਚੀਜ਼ਾਂ ਸੁਣੀਆਂ ਪੜੀਆਂ ਜਾਂਦੀਆਂ ਨੇ ਜਿਨ੍ਹਾਂ ਚ ਆਮ ਆਦਮੀ ਦਾ ਦੁੱਖ ਹੋਵੇ ਅੱਜ ਹਰ ਦੁੱਖ ਦੀ ਕਹਾਣੀ ਉਸ 'ਚ ਮੌਜੂਦ ਵੀ ਹੈ ਮੈਂ ਸਿਰਫ ਉਸ ਖਾਲਿਸ਼ ਦੀ ਗੱਲ ਕਰਨਾ ਚਾਹੁੰਨਾ ਜਿਹੜੀ ਉੱਥੋਂ ਵਾਪਸ ਆਉਣ ਪਿੱਛੋਂ ਸਾਡੇ ਦਿਲਾਂ 'ਚ ਹੈ ਸ਼ਾਇਦ ਵੰਡਰ ਨਾਲ ਘੱਟ ਹੋ ਜਾਏ ਪਹਿਲਾਂ ਤਾਂ ਮੁੰਬਈ ਨੇ ਸਾਨੂੰ ਪਨਾਹ ਦੇਣ ਤੋਂ ਇਨਕਾਰ ਕਰ ਦਿੱਤਾ ਰਹਿਣ ਦੀ ਜਗ੍ਹਾ ਕਲਿਆਣ 'ਚ ਮਿਲੀ ਜਿਹੜੀ ਅਸੀਂ ਸਮਝ ਗਏ ਕਿ ਹੋ ਗਿਆ ਕਲਿਆਣ ਉੱਥੇ ਸਾ ਤੋਂ 40000 ਰੁਪਏ ਪਗੜੀ ਦੇ ਰੂਪ 'ਚ ਮੰਗੇ ਗਏ ਅਸੀਂ ਆਪਣੇ ਸਿਰ ਦੀ ਪਾਗ ਉਹਨਾਂ ਦੇ ਪੈਰਾਂ 'ਤੇ ਰੱਖੀ ਪਰ ਉਹਦੀ ਕੋਈ ਕੀਮਤ ਨਹੀਂ ਸੀ ਭਲਾ ਹੋਵੇ ਨਵੀਨ ਦਾ ਜਿਹੜਾ ਉਹਨੇ ਅਣਜਾਣ ਹੁੰਦਿਆਂ ਹੋਇਆਂ ਵੀ ਸਾਡੀ ਇੰਨੀ ਮਦਦ ਕੀਤੀ ਉਹਨੇ ਆਪਣੇ ਅਲਨੇ ਇੰਜ ਪਿਆਰ ਨਾਲ ਉਹਨੇ ਆਪਣੇ ਕਮਰੇ ਨੂੰ ਕਿਹਾ ਸੀ ਵਿੱਚ ਸਾਨੂੰ ਦੋਵਾਂ ਨੂੰ ਬੁਲਾ ਲਿਆ ਜਿਸ ਵਿੱਚ ਅੰਡਾ ਦੇਣ ਦੀ ਵੀ ਥਾਂ ਨਹੀਂ ਸੀ ਉਹਦੇ ਦੋ ਦੋਸਤ ਪਹਿਲਾਂ ਹੀ ਉਸ ਤੇ ਰਹਿੰਦੇ ਸੀ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਨਵੀਨ ਨੇ ਉਹਨਾਂ ਦੋਵਾਂ ਨਾਲ ਸਾਡੀ ਜਾਣ ਪਛਾਣ ਕਰਵਾਈ ਉਹਨਾਂ ਚੋਂ ਇੱਕ ਗਰਮੀ ਵਿੱਚ ਵੀ ਰਜਾਈ ਲਈ ਪਿਆ ਸੀ ਮੈਂ ਯਕਦਿਆਂ ਹੋਇਆ ਪੁੱਛਿਆ ਤੁਹਾਡੀ ਤਬੀਅਤ ਖਰਾਬ ਏ ਕਿ ਨਹੀਂ ਜੀ ਕਿਉਂ ਉਨੇ ਕੱਚੀ ਨੀਂਦ ਚੋਂ ਬਾਸ ਹੀ ਲੈਣੇ ਆ ਪੁੱਛਿਆ ਇਹ ਰਜਾਈ ਮੈਂ ਇਸ਼ਾਰਾ ਕੀਤਾ ਇਹ ਉਹ ਯਾਰਾ ਸੁੱਤੇ ਪੈ ਦੇ ਚੂਹਿਆ ਇਧਰ ਉਧਰ ਦੰਦੀਆਂ ਵੱਡ ਜਾਂਦੀਆਂ ਨੇ ਉਹਨੇ ਅਜਿਹੀ ਮਾਸੂਮੀਅਤ ਨਾਲ ਕਿਹਾ ਤੇ ਅਸੀਂ ਅਜਨਬੀ ਬੰਦੇ ਉਸ ਮਾਹੌਲ ਚ ਵੀ ਹੱਸਣ ਲੱਗ ਪਏ ਹਾਸੇ ਨੇ ਇੱਕਦਮ ਸਾਨੂੰ ਬੜਾ ਨੇੜੇ ਕਰ ਦਿੱਤਾ ਉਸ ਕਮਰੇ ਚ 5 ਜਣੇ ਹੋਣ ਦੇ ਬਾਵਜੂਦ ਅਸੀਂ ਪਰਵਾਹ ਨਹੀਂ ਸੀ ਕੀਤੀ ਅਗਰ ਅਸੀਂ ਰਾਤ ਨੂੰ ਸੌਣ ਲਈ ਹੀ ਤਾਂ ਆਉਣਾ ਸੀ ਤੇ ਰਾਤ ਨੂੰ ਅਸੀਂ ਜਿੱਥੇ ਜਗ੍ਹਾ ਮਿਲਦੀ ਪਹਿਲਾਂ ਉਹ ਪਹਿਲਾਂ ਪਾਉ ਦੀ ਆਖਣ ਮੁਤਾਬਕ ਉੱਥੇ ਹੀ ਸੌਂ ਜਾਂਦੇ ਸਾਰੇ ਸੌਂ ਜਾਂਦੇ ਤਾਂ ਦ੍ਰਿਸ਼ ਇੰਜ ਲੱਗਦਾ ਜਿਵੇਂ ਕਿਸੇ ਛੋਟੇ ਜਿਹੇ ਸਟੇਸ਼ਨ ਦੇ ਪਲੇਟਫਾਰਮ ਉੱਤੇ ਕੁਝ ਗਰੀਬ ਲੋਕ ਸੁੱਤੇ ਹੋਏ ਹੋਣ ਇਹ ਲੋਕ ਪੁਲਿਸ ਦੇ ਡੰਡੇ ਦੇ ਡਰ ਵਾਂਗੂੰ ਉਦੋਂ ਇੱਧਰ-ਉੱਧਰ ਹੋ ਕੇ ਭੱਜਦੇ ਜਦੋਂ ਕਦੀ-ਕਦੀ ਮਾਲਕ ਮਕਾਨ ਅੰਨਾ ਸਵੇਰੇ ਕਿਰਾਏਦਾਰਾਂ ਦੀ ਗਿਣਤੀ ਕਰਨ ਆ ਜਾਂਦਾ ਉਦੇ ਦਰਵਾਜ਼ਾ ਖੜਕਾਉਂਦਿਆਂ ਹੀ ਅੰਦਰ ਭਗਦੜ ਜੀ ਮਚ ਜਾਂਦੀ ਕੋਈ ਆਪਣੀ ਚਾਦਰ ਸੰਭਾਲਦਾ ਲੈਟਰਨ 'ਚ ਵੜ ਜਾਂਦਾ ਕੋਈ ਬਾਥਰੂਮ 'ਚ ਫਿਰ ਵੀ ਜ਼ਿੰਦਗੀ ਰਹਿਣ ਲੱਗ ਪਈ ਸੀ ਕਮਰੇ ਦਾ ਕਿਰਾਇਆ ਉਹਨਾਂ ਲਈ ਪਾਣੀ ਸਿਰ ਤੋਂ ਉੱਤੇ ਵਰਗਾ ਹੋ ਗਿਆ ਸੀ ਤਦੇ ਤਾਂ ਉਹਨਾਂ ਸਾਨੂੰ ਕਮਰੇ 'ਚ ਲਿਆਂਦਾ ਸੀ ਤਿੰਨਾਂ 'ਚੋਂ ਦੋ અભਿਨੇਤਾ ਬਣਨ ਦੇ ਇੱਛਕ ਸੀ ਇੱਕ ਸਲੀਮ ਜਾਵედ ਬਣਨ ਦੀ ਇੱਛਾ ਨਾਲ ਆਇਆ ਸੀ ਤੇ ਮੈਂ ਇੱਕ ਲੇਖਕ ਨੂੰ ਮਿਲ ਕੇ ਬੜਾ ਖੁਸ਼ ਹੋਇਆ ਤਸਲੀਮ ਇੱਕ ਅੱਛਾ ادیਬ ਸੀ ਅਦਬ ਦੀ ਦੁਨੀਆ 'ਚ ਉਹਦਾ ਤਾਲੁਕ 6 ਸਾਲ ਪੁਰਾਣਾ ਸੀ। ਉਹ ਇੱਕ ਜਾਇ ਪ੍ਰੋਡਕਸ਼ਨ ਹਾਊਸ ਲਈ ਕੰਮ ਕਰਦਾ ਸੀ ਜਿੱਥੇ ਡੇਲੀ ਸੋਪਸ ਬਣਾਏ ਜਾਂਦੇ ਸੀ। ਰਾਤ ਨੂੰ ਸਕ੍ਰਿਪਟ ਰਾਈਟਿੰਗ ਟੀਮ ਦੀਆਂ ਮੀਟਿੰਗਾਂ ਹੁੰਦੀਆਂ। ਫਿਰ ਸਾਰੇ ਸਕ੍ਰਿਪਟ ਰਾਈਟਰਜ਼ ਨੂੰ ਅਲੱਗ-ਅਲੱਗ ਐਪੀਸੋਡ ਦੀ ਜ਼ਿੰਮੇਵਾਰੀ ਦੇ ਦਿੱਤੀ ਜਾਂਦੀ ਤੇ ਜਦੋਂ ਅਗਲੇ ਐਪੀਸੋਡ ਦਾ ਸਕ੍ਰੀਨਪਲੇ ਲਿਖ ਕੇ ਖਤਮ ਕਰਦਾ ਅਕਸਰ ਹੈੱਡ ਸਕ੍ਰਿਪਟ ਰਾਈਟਰ ਜਿਹਦਾ ਨਾਮ ਬਤੌਰ ਲੇਖਕ ਪਰਦੇ ਉੱਤੇ ਆਉਂਦਾ ਸੀ ਉਹਦਾ ਫੋਨ ਆਉਂਦਾ। ਫਲਾਣੇ ਕਿਰਦਾਰ ਨੂੰ ਜਿਉਂਦਾ ਰੱਖਣਾ ਹੈ ਉਹ ਛੱਟ ਨਵੇਂ ਪੰਨੇ ਲੈ ਕੇ ਬੈਠ ਜਾਂਦਾ ਦਿਖਾਉਣਾ ਹੈ ਕਿ ਫਲਾਣੇ ਕਿਰਦਾਰ ਦੀ ਸੜਕ ਦੁਰਘਟਨਾ ਚ ਮੌਤ ਹੋ ਗਈ ਏ ਪਰ ਬਹੁਤ ਸੋਨੂੰ ਤਾਂ ਲੋਕਾਂ ਚ ਖੂਬ ਪਸੰਦ ਕੀਤਾ ਜਾ ਰਿਹਾ ਜਿਉ ਉਹ ਕਹਿੰਦਾ ਬੇਵਕੂਬ ਪਸੰਦ ਕੀਤਾ ਜਾ ਰਿਹਾ ਇਸੇ ਲਈ ਤਾਂ ਕਹਿ ਰਿਆਂ ਬਾਸ ਛਿੜਕ ਦਿੰਦਾ ਉਹ ਪੰਨੇ ਪਾੜਨ ਲੱਗ ਪੈਂਦਾ ਅੱਜ ਉਹਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹਦੇ ਉਹਦਾ ਪੰਨੇ ਪਾੜਦਾ ਬੁਝਿਆ ਜਿਹਾ ਚਿਹਰਾ ਹੀ ਯਾਦ ਆਉਂਦਾ ਅਸੀਂ ਉਹਨਾਂ ਦਿਨਾਂ ਇੱਕ ਅਨੁਖੇ ਉਤਸ਼ਾਹ ਨਾਲ ਭਰੇ ਰਹਿੰਦੇ ਸੀ ਤੇ ਸਟਰਗਲ ਦੇ ਦੌਰਾਨ ਆਪਣੀ ਸਫਲਤਾ ਦੀਆਂ ਕਹਾਣੀਆਂ ਜਿਹੜੀਆਂ ਸਾਡੇ ਸ਼ਹਿਰ ਨਾਲ ਜੁੜੀਆਂ ਹੋਈਆਂ ਸੀ ਆਪਣੇ ਸਾਥੀਆਂ ਨੂੰ ਸੁਣਾ ਕੇ ਖੁਦ ਨੂੰ ਆਪਣੇ ਵਿਜੇਤਾ ਹੋਣ ਦਾ ਯਕੀਨ ਦਿਵਾਉਂਦੇ ਸੀ ਆਪਣੇ ਸ਼ਹਿਰ ਦੇ ਤਾਂ ਅਸੀਂ ਬਾਦਸ਼ਾਹੀ ਸੀ ਉੱਥੇ ਜਿਸ ਦਿਨ ਸਾਡਾ ਨਾਟਕ ਖੇਡਿਆ ਜਾਂਦਾ ਸੀ ਸਾਡੇ ਕੰਨਾਂ 'ਚ देर ਤੱਕ ਤਾੜੀਆਂ ਦੀ ਗੜਗੜਾਹਟ ਗੂੰਜਦੀ ਰਹਿੰਦੀ ਸੀ ਲੱਗਦਾ ਸਾਰਾ ਸ਼ਹਿਰ ਸਾਡੇ ਸਵਾਗਤ 'ਚ ਖੜਾ ਹੈ ਅਸੀਂ ਜ਼ਮੀਨ ਤੋਂ ਜ਼ਰਾ ਉੱਚੇ ਹੋ ਹੋ ਤੁਰਦੇ ਅਸੀਂ ਸਾਰਿਆਂ ਨੂੰ ਗੱਲ ਲਾ ਲੈਣਾ ਚਾਹੁੰਦੇ ਸੀ ਅਸੀਂ ਸਾਰਿਆਂ ਨੂੰ ਪਿਆਰ ਕਰਨਾ ਚਾਹੁੰਦੇ ਸੀ ਅਸੀਂ ਵਧਾਈਆਂ ਦੀਆਂ ਪੰਡਾਂ ਖੂਬਸਾਰੇ ਕਾਰਡਸ ਤੇ ਦਰਜਨਾ ਗੁਲਦਸਤੇ ਸਮੇਟੀ ਦੇ ਰਾਤ ਤੱਕ ਸੜਕਾਂ ਤੇ ਘੁੰਮਦੇ ਰਹਿੰਦੇ ਸੀ ਕਈ ਕਈ ਵਾਰੀ ਚਾਹ ਪੀਂਦੇ ਤੇ ਆਪਣੇ ਸੁਪਨਿਆਂ ਬਾਰੇ ਗੱਲਾਂ ਕਰਦੇ ਹੋਏ ਖੂਬ ਸਿਗਰਟਾਂ ਪੀਂਦੇ ਤੇ ਅਗਲੀਆਂ ਵਿਉਂਤਾਂ ਬਣਾਉਂਦੇ ਚਰਚਾ ਕਰਦੇ ਰਹਿੰਦੇ ਜਦੋਂ ਅਸੀਂ ਆਪੋ ਆਪਣੇ ਘਰਾਂ ਵੱਲ ਮੁੜਦੇ ਤਾਂ ਸਬਜ਼ੀ ਮੰਡੀ ਦੇ ਸਾਹਮਣੇ ਵਾਲੀ ਕੰਧ ਉੱਤੇ ਚਿਪਕੇ ਪੋਸਟਰਾਂ ਉਤੇ ਸਾਡੀ ਨਜ਼ਰ ਜ਼ਰੂਰ ਜਾਂਦੀ ਅਨਿਲ ਕਪੂਰ, ਸੰਜੇ ਦਾਤਮ, ਤਾਂ ਬਚਨ ਤੇ ਹੋਰ ਵੀ ਕਈ ਸਤਾਰੇ ਪੋਸਟਰਾਂ ਉਤੇ ਚਮਕਦੇ ਵਿਖਾਈ ਦਿੰਦੇ ਲਲਿਤ ਹੁੰਦਾ ਤਾਂ ਉਹਦੀ ਨਜ਼ਰ ਨਾਲ ਵਾਲੀ ਕੰਧ ਤੇ ਚਿਪਕ ਜਾਂਦੀ ਜਿੱਥੇ ਮੁਲਾਇਮ ਸਿੰਘ ਯਾਦਵ, ਅਟਲ ਲਾਡਵਾਨੀ ਆਦ ਨੀਤਾਵਾਂ ਦੇ ਪੋਸਟਰ ਚਿਪਕੇ ਹੁੰਦੇ ਸੀ ਲਲਿਤ ਸਾਥੋਂ ਪਹਿਲਾਂ ਘਰ ਚਲਾ ਜਾਂਦਾ ਸੀ ਅਸੀਂ ਪੋਸਟਰਾਂ ਵੱਲ ਦੇਖਦੇ ਤੇ ਮੁਸਕਰਾਉਂਦੇ ਰਹਿੰਦੇ ਸਾਡੀਆਂ ਗੱਲਾਂ ਹੀ ਖਤਮ ਨਹੀਂ ਸੀ ਹੁੰਦੀਆਂ ਖਲ ਨਾਇਕ ਅੱਛੇ ਚੱਲ ਰਹੀ ਹੈ हां चोली ਦਾ ਕਮਾਲ ਹੈ ਨਹੀਂ ਸੰਜੇ ਦੱਤ ਵੀ ਜਚਿਆ ਹੋਇਆ ਹੈ ਅਨਿਲ ਕਪੂਰ ਜਾਂ ਸੰਜੇ ਦੱਤ ਵਿੱਚੋਂ ਕੋਈ ਦਾਵੇਦਾਰ ਹੈ ਅਮਿਤ ਆਬ ਦੀ ਕੁਰਸੀ ਦਾ ਅਨਿਲ ਕਪੂਰ ਤਾਂ ਇਹ ਨਹੀਂ ਪਿੱਟ ਰਿਹਾ ਸੰਜੇ ਦੱਤ ਦਾ ਬਹੁਤ ਰੇ ਚਾਂਸ ਹੈ ਮੇਰੇ ਕੋਲ ਇੱਕ ਦਮਦਾਰ ਸਟੋਰੀ ਹੈ ਜਿਸ ਤੋਂ ਗੋਵਿੰਦਾ ਬੜਾ ਜਚੇਗਾ ਇੱਕ ਦਿਨ ਜਦੋਂ ਸਾਡੇ ਮੁੰਬਈ ਨਿਕਲਣ ਚ ਤਿੰਨ ਦਿਨ ਰਹਿੰਦੇ ਸੀ ਤੇ ਮੇਰਾ ਲਿਖਿਆ आनंद ਦਾ ਖੇਡਿਆ ਨਾਟਕ ਬੜਾ ਸਫਲ ਹੋਇਆ ਸੀ ਤੇ ਅਸੀਂ ਸਬਜ਼ੀ ਮੰਡੀ ਵਾਲੇ ਮੋੜ ਕੋਲ ਖੜੇ ਸੀ ਤੇ ਆਪਣੇ ਘਰਾਂ ਵੱਲ ਜਾਣ ਲਈ ਮੁੜਨਾ ਸੀ ਤੁਰੰਤ ਤੋਂ ਪਹਿਲਾਂ ਅਸੀਂ ਉਹਨਾਂ ਸਤਾਰਿਆਂ ਵੱਲ ਦੇਖ ਰਹੇ ਸਾਂ ਕਿ ਅਚਾਨਕ ਆਨੰਦ ਉਹਨਾਂ ਵੱਲ ਉੰਗਲ ਸੇਨ ਕੇ ਕਲਕਾਰੀ ਮਾਰ ਕੇ ਕੁ ਕਿਹਾ ਸੀ ਮੈਂ ਆ ਰਿਹਾ ਤੁਹਾਨੂੰ ਸਭ ਨੂੰ ਜਿੱਤਣ ਲਈ ਯਾਹੂ ਫਿਰ ਮੇਰੇ ਵੱਲ ਦੇਖ ਕੇ ਬੋਲਿਆ ਸੀ ਇੱਕ ਦਿਨ ਆਏਗਾ ਜਦੋਂ ਅਸੀਂ ਇਹਨਾਂ ਦਿਨਾਂ ਨੂੰ ਯਾਦ ਕਰਿਆ ਕਰਾਂਗੇ ਤੇ ਉਸ ਸਮੇਂ ਇੱਥੇ ਸਾਡੇ ਪੋਸਟਰ ਲੱਗੇ ਹੋਇਆ ਕਰਨਗੇ ਮੈਂ ਹਾਮੀ ਭਰੀ ਸੀ ਜਦੋਂ ਕਦੀ ਇਕੱਦੇ ਦਿਨ ਲਈ ਵੀ ਘਰ ਆਇਆ ਕਰਾਂਗੇ ਤਾਂ ਪ੍ਰਸ਼ੰਸਕਾਂ ਦੀ ਭੀੜ ਤੋਂ ਲੁੱਕ ਕੇ ਇੱਥੇ ਖਲੋ ਕੇ ਸਿਗਰਟ ਜ਼ਰੂਰ ਪੀਆ ਕਰਾਂਗੇ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਿਆ ਕਰਾਂਗੇ ਸਾਡੀ ਸਫਲਤਾ ਦੀਆਂ ਕਹਾਣੀਆਂ ਸੁਣ ਕੇ ਸਾਰੇ ਸਟਰਗਲਸ ਦੇ ਚਿਹਰੇ ਖੇੜਪੜ ਜਾਂਦੇ ਇਹ ਕਹਾਣੀ ਸਿਰਫ ਆਨੰਦ ਦੀ ਐ ਨਹੀਂ ਤਾਂ ਮੈਂ ਦੱਸਦਾ ਕਿ ਹਰੇਕ ਸਟਰਗਲਰ ਦੀ ਆਪਣੀ ਇੱਕ ਵੱਖਰੀ ਕਹਾਣੀ ਹੁੰਦੀ ਸੀ ਇਹ ਲੋਕ ਆਪਣੀ ਜ਼ਮੀਨ ਆਪਣੇ ਨਾਲ ਲੈ ਕੇ ਤੁਰੇ ਸਨ ਆਪਣਾ ਪਿੰਡ ਆਪਣਾ ਕਸਬਾ ਆਪਣੇ ਸੁਪਨੇ ਉਹ ਸਿਰਫ ਇਸ ਕਮਰੇ ਚ ਨਹੀਂ ਸਨ ਉਹ ਪੂਰੀ ਮੁੰਬਈ ਚ ਫੈਲੇ ਹੋਏ ਸਨ ਮੁੰਬਈ ਦੀ ਫਾਸਟ ਤੇ ਸਲੋ ਲੋਕਲ ਵਿੱਚ ੱਟਕੇ ਖਾਂਦੇ ਇਹ ਲੋਕ ਹੌਲੀ ਹੌਲੀ ਕਜਈ ਬਿੰਦੂ ਵੱਲ ਨਾ ਚੌਂਦੇ ਹੋਏ ਵੀ ਵੱਧ ਰਹੇ ਸਨ ਜਿੱਥੋਂ ਪਿੱਛੇ ਮੁੜਨ ਦੇ ਰਸਤੇ ਗਵਾਜ ਜਾਂਦੇ ਨੇ ਕੁਝ ਅੱਧੇ ਸਫ਼ਰ ਵਿੱਚੋਂ ਹੀ ਇਹ ਟ੍ਰੇਨਾਂ ਛੱਡ ਕੇ ਵਾਪਸ ਚਲੇ ਗਏ ਤੇ ਵਿਆਹ ਦੇ ਬਾਅਦ ਦੋ ਚਾਰ ਬੱਚੇ ਪੈਦਾ ਕਰਕੇ ਕਿਰਿਆਣੇ ਦੀ ਦੁਕਾਨ ਜਾਂ ਬੈਂਕ ਚ ਸੁਰੱਖਿਆ ਗਾਰਡ ਬਣ ਕੇ ਜਿਨ੍ਹਾਂ ਬਾਰੇ ਤੁਸੀਂ ਕਹਿੰਦੇ ਹੋ ਵੀ ਕਿ ਡਾ ਸੋਹਣਾ ਦੁਕਾਨਦਾਰ ਹੈ ਜਿਵੇਂ ਫਿਲਮਾਂ ਦਾ ਹੀਰੋ ਹੋਵੇ ਜਾਂ ਕਿੰਨਾ ਹੈਂਡਸਮ ਸਿਕਿਉਰਿਟੀ ਗਾਰਡ ਹੈ ਜਿਵੇਂ ਬੈਂਕ ਦਾ ਮਾਲਕ ਹੋਵੇ ਬਾਕੀ ਦੀ ਜ਼ਿੰਦਗੀ ਕੱਟ ਰਹੇ ਨੇ ਇਹਨਾਂ ਲੋਕਾਂ ਅੰਦਰ ਰਹਿ ਰਹਿ ਕੇ ਇੱਕ ਹੂ ਕੁੱਟਦੀ ਹੈ ਕਿ 4-6 ਮਹੀਨੇ ਹੋਰ ਰੁਕ ਗਏ ਹੁੰਦੇ ਤਾਂ ਕੀ ਪਤਾ ਕਿ ਸ਼ਾਇਦ ਕੋਈ ਬ੍ਰੇਕ ਮਿਲ ਜਾਂਦਾ ਇਹਨਾਂ ਲੋਕਾਂ ਲਈ ਸਭ ਤੋਂ ਵੱਡਾ ਸੰਭਲ ਸਨ ਉਹ ਕਹਾਣੀਆਂ ਜਿਹੜੀਆਂ ਕੁਝ ਸੱਚ ਸਨ ਤੇ ਕੁਝ ਇਹਨਾਂ ਵਰਗੇ ਦਿਲ ਜਲਿਆ ਨੇ ਜਿਉਂਦੇ ਰਹਿਣ ਲਈ ਘੜ ਲੀਆਂ ਹੋਣਗੀਆਂ ਧਰਮਿੰਦਰ ਜਦੋਂ ਹੰਬ ਕੇ ਵਾਪਸ ਟ੍ਰੇਨ ਫੜਨ ਲਈ ਸਟੇਸ਼ਨ ਪਹੁੰਚ ਚੁੱਕਿਆ ਸੀ ਤਾਂ ਡਾਇਰੈਕਟਰ ਉਹਨੂੰ ਸਟੇਸ਼ਨ ਤੋਂ ਫੜ ਕੇ ਵਾਪਸ ਲਿਆਇਆ ਸੀ ਦੇਵਾਨੰਦ ਗੁਰਦਾਸਪੁਰ ਤੋਂ ਵਿਦਆਊਟ ਟਿਕਟ ਜੇਬ 'ਚ ਸਿਰਫ 13 ਰੁਪਏ ਲੈ ਕੇ ਉਤਰਿਆ ਸੀ ਅਨੁਪਮ ਖੇਰ ਸਟਰਗਲ ਕਰਨ ਆਇਆ ਸੀ ਤਾਂ ਇੱਕ ਇਹੋ ਜਿਹੀ ਸੜੀ ਜਿਹੀ ਜਗਾ 6-7 ਦੋਸਤਾਂ ਨਾਲ ਰਹਿੰਦਾ ਹੁੰਦਾ ਸੀ ਸਾਰੇ ਦੋਸਤ ਜਦੋਂ ੱੱੱਕੇ ਦੇ ਕੇ ਕਿਧੋ ਕੱਢ ਦਿੱਤੇ ਜਾਂਦੇ ਤਾਂ ਇਹੀ ਗਾਣਾ ਗਾਉਂਦੇ ਸੀ ਹੈ ਆਸਮਾਂ 'ਤੇ ਉਹ ਔਰ ਜ਼ਮੀਂ 'ਤੇ ਹਮ ਆਜਕਲ ਇਧਰ ਉਹ ਦੇਖਤਾ ਹੈ ਕਾ ਹੈ ਆਸਮਾਂ 'ਤੇ ਉਹ ਸਾਰੇ ਗੁੰਗਣਾਉਣ ਲੱਗਦੇ ਇਹ ਕਹਾਣੀਆਂ ਜਿਹੀਆਂ ਕਿਸ਼ਤੀਆਂ ਹੁੰਦੀਆਂ ਜਿਨ੍ਹਾਂ 'ਚ ਬੈਠ ਕੇ ਮੁੰਬਈ ਨਾਂ ਦੇ ਸਮੁੰਦਰ ਦੀਆਂ ਲਹਿਰਾਂ ਉੱਤੇ ਜਿੱਤ ਹਾਸਲ ਕਰਨ ਦਾ ਸੁਪਨਾ ਵੇਖਣ ਲੱਗਦੇ ਸਾਰੇ ਅਨਪਮ ਖੇਰ ਬਣ ਬੈੰਦੀ ਉਹਨਾਂ ਦੇ ਸੁਪਨਿਆਂ 'ਚ ਉਦੋਂ ਤਰਮਿੰਦਰ ਅਮਿਤਾਬ ਗੋਬਿੰਦਾ ਜਾਂ ਅੱਜ ਦੇ ਮਨੋਜ ਬਾਜਪਾਈ ਰਾਜਪਾਲ ਯਾਦਵ ਰਵੀਕਿਸ਼ਨ ਹੁੰਦੇ। ਉਹਨਾਂ ਦਾ ਸਟਾਰਡਮ ਹੁੰਦਾ ਆਟੋਗ੍ਰਾਫ ਲੈਣ ਵਾਲਿਆਂ ਦੀ ਭੀੜ ਹੁੰਦੀ ਜਿਨ੍ਹਾਂ ਵੱਲ ਦੇਖਦੇ-ਦੇਖਦੇ ਅੱਖਾਂ ਉងਲਾ ਆ ਜਾਂਦੀਆਂ ਤੇ ਇੱਕ ਗੁੜੀ نیند ਆ ਜਾਂਦੀ। ਜਦੋਂ ਸਵੇਰੇ ਜਾਗਦੇ ਤਾਂ ਫੇਰ ਉਹੀ ਸਧਾਰਨ ਸਟ੍ਰਗਲਰਸ ਹੁੰਦੇ ਜਿਨ੍ਹਾਂ ਕੋਲ ਅੱਜ ਮਿਲਣ ਲਈ ਪ੍ਰੋਡਿਊਸਰਸ ਤੇ ਡਾਇਰੈਕਟਰਸ ਦੀ ਲੰਮੀ ਲਿਸਟ ਹੁੰਦੀ ਤੇ ਸ਼ਾਮ ਤੱਕ ਕੋਈ ਕੰਮ ਮਿਲ ਜਾਣ ਦੀ ਉਮੀਦ। ਜੇ ਇਹ ਕਹਾਣੀ ਸਿਰਫ ਆਨੰਦ ਦੀ ਨਾ ਹੁੰਦੀ ਤਾਂ ਮੈਂ ਦੱਸਦਾ ਕਿ ਕਿਵੇਂ ਇਹਨਾਂ ਵਿੱਚੋਂ ਕੁਝ ਲੋਕ ਕਈ ਤਰ੍ਹਾਂ ਦੇ ਜੋੜ ਤੋੜ ਤੇ ਕਦੀ ਕਦੀ ਅਨੈਤਿਕ ਮੰਨੇ ਜਾਣ ਵਾਲੇ ਸਮਝੌਤੇ ਕਰਕੇ ਹੀਰੋ ਦੇ ਪਿੱਛੇ ਨੱਚਣ ਵਾਲੇ ਇਸ ਲਈ ਵੀ ਪਹਿਲਾਂ ਐਸੋਸੀਏਸ਼ਨ 'ਚ ਨਾਮ ਦਰਜ ਕਰਾਉਣ ਉਸ ਲਈ ਇੱਕ ਲਿੰਕ ਉਹਦੇ ਲਈ ਪੈਸੇ ਪਤਾ ਨਹੀਂ ਕੀ ਕੀ ਖੈਰ ਦਾ ਰੋਲ ਲੈ ਕੇ ਕਿਵੇਂ-ਕਿਵੇਂ ਕਿਵੇਂ ਵੱਖ-ਵੱਖ ਪ੍ਰਤੀਕਿਰਿਆਵਾਂ ਦਿੰਦੇ ਸੀ ਕੁਝ ਆਸ਼ਾਵਾਦੀ ਇਹਨੂੰ ਆਪਣੇ ਅੱਗੇ ਵਧਣ ਦੀ ਪੌੜੀ ਮੰਨਦੇ ਤੇ ਨੱਚਣ ਦੀ ਮਿਲੀ 200 ਦਿਹਾੜੀ ਵਿੱਚੋਂ 100 ਉਸੇ ਦਿਨ ਪਾਰਟੀ ਤੇ ਖਰਚ ਕਰ ਦਿੰਦੇ ਕੁਝ ਮਾਇਆ ਨਗਰੀ ਦੇ ਹੀਡਨ ਅਸੂਲਾਂ ਬਾਰੇ ਸੋਚ ਕੇ ਬਿਲਕੁਲ ਨਿਰਾਸ਼ ਹੋ ਜਾਂਦੇ ਅਭੀ ਇਧਰ ਦਾ ਹਿੱਸਾ ਹੈ ਭਾਉ ਕਿ ਇੱਕ ਵਾਰ ਚਿੱਲਰ ਮੇ ਜਾ ਕੇ ਮਿਲ ਗਿਆ ਨਾ ਸਮਝੋ ਅੱਖਾ ਲਾਈਫ ਉਦਰੀ ਚ ਨੱਚਣਾ ਪੜੇਗਾ ਫਿਰ ਤੁਮ ਕੋ ਘਈ ਵੀ ਸਟਾਰ ਨਹੀਂ ਬਣਾ ਸਕਤਾ ਖਾਲੀ ਬੈਠੇ ਰਹਿਣੇ ਕਾ ਪਨ ਚੈਲਰ ਮੇਂ ਨਾਚਨੇ ਕਾ ਨਹੀਂ ਮੁੰਬਈ ਕੈਂਦੀ ਨਾਲ ਵਾਲੇ ਕਮਰੇ ਚ ਬੋਮਨ ਅੰਕਲ ਆਪਣੇ ਦੋ ਪਾਰਟਨਰਸ ਨਾਲ ਉਸ ਕਮਰੇ ਚ ਰਹਿੰਦੇ ਸੀ ਜਿਸ ਤੇ ਕੱਲੇ ਰਹਿਣਾ ਵੀ ਇੱਕ ਚੈਲੰਜ ਸੀ ਤੇ ਬੋਮਨ ਅੰਕਲ ਸਾਥੂ ਲੋਕਾਂ ਤੋਂ 5 ਸਾਲ ਪਹਿਲਾਂ ਦੇ ਉੱਥੇ ਸਨ ਤੇ ਕੰਮ ਲੱਭਣ ਲਈ ਸੰਘਰਸ਼ ਕਰ ਰਹੇ ਸਨ ਆਏ ਸਨ ਹੀਰੋ ਬਣਨ ਪਰ ਉਹਨੇ ਦਿਨੀ ਕਰੈਕਟਰ ਆਰਟਿਸਟ ਤੋਂ ਲੈ ਕੇ ਵਿਲੈਨ ਜਾਂ ਹੀਰੋ ਦੇ ਦੋਸਤ ਤੱਕ ਦਾ ਰੋਲ ਵੀ ਉਹਨਾਂ ਲਈ ਸੁਪਨਾ ਬਣਿਆ ਹੋਇਆ ਸੀ ਉਹਨਾਂ ਵੱਲ ਦੇਖਦੇ ਤਾਂ ਸਾਨੂੰ ਕੁਝ ਹੌਸਲਾ ਹੁੰਦਾ ਜਦੋਂ 5 ਸਾਲ ਤੋਂ ਇਸ ਬੇਰਹਿਮ ਨਗਰੀ 'ਚ ਸੰਘਰਸ਼ ਕਰ ਰਹੇ ਨੇ ਤਾਂ ਸਾਨੂੰ ਤਾਂ ਸਿਰਫ 1 ਸਾਲ ਹੀ ਹੋਇਆ ਸੀ ਫਿਰ 2 ਸਾਲ ਹੋਏ 3 ਸਾਲ ਹੋਏ 4 ਸਾਲ ਹੋਏ ਉਫ ਅਸੀਂ ਬੂਮਨ ਅੰਕਲ ਜਿੰਨੇ ਧੀਰਜ ਧੀਰਜ ਵਾਲੇ ਨਹੀਂ ਸੀ 4 ਸਾਲਾਂ ਦੇ ਸੰਘਰਸ਼ ਨੇ ਸਾਨੂੰ 400 ਸਾਲ ਬੁੱਢਾ ਕਰ ਦਿੱਤਾ ਸੀ ਇਹਨਾਂ 4 ਸਾਲਾਂ 'ਚ ਜੱਜਿਆ ਨਹੀਂ ਕਿ ਸਾਨੂੰ ਮੌਕੇ ਨਹੀਂ ਮਿਲੇ ਪਰ ਜਿਹੜੇ ਮਿਲੇ ਉਹ ਇਸ ਨਾਲੋਂ ਚੰਗਾ ਸੀ ਕਿ ਨਾ ਮਿਲਦੇ ਵਾਲੀ ਗੱਲ ਵਾਂਗ ਠੇਸ ਪਹੁੰਚਾਉਣ ਵਾਲੇ ਸਾਬਤ ਹੋਏ ਆਨੰਦ ਨੂੰ ਬਤੌਰ ਕੈਰੈਕਟਰ ਐਕਟਰ ਤਿੰਨ ਫਿਲਮਾਂ ਮਿਲੀਆਂ ਇੱਕ ਡੱਬਾ ਬੰਦ ਹੋ ਗਈ ਇੱਕ ਨੂੰ ਅੱਜ ਤੱਕ ਸੈਂਸਰ ਦਾ ਸਰਟੀਫਿਕੇਟ ਹੀ ਮਿਲਿਆ ਤੇ ਇੱਕ ਬਣਨ ਦੇ ਬਾਵਜੂਦ ਰਿਲੀਜ਼ ਕਿਉਂ ਨਹੀਂ ਹੋਈ ਇਹ ਅੱਜ ਤੱਕ ਇੱਕ ਰਹੱਸ ਹੈ ਧੰਨਵਾਦ ਚਲਦਾ